ਬਾਈ ਉਹ ਤੇਰੇ ਇਸ਼ਕ ਵਿੱਚ ਆਣ ਕੇ ਸੋਹਣੀਏ ਮੈਂ ਆਪਣੀਆਂ ਬਾਹਾਂ ਤੇ ਛੁਰੀਆਂ ਮਾਰੀਆਂ ਕੀ ਕੀਤਾ ਹੱਥ ਤੇ ਚੂੜੀਆਂ ਬਣ ਕੇ ਕਹਿੰਦੀ ਹੈ ਮੇਰਾ ਲਹੂ ਨਿਕਲਣ ਦਿਆ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਹੈ ਠੀਕ ਠਾਕ ਉਮੀਦ ਕਰਨਾ ਕਿ ਤੁਸੀਂ ਠੀਕ ਠਾਕ ਹੋਵੋਗੇ ਫਿੱਟ ਫਾਟ ਹੋਵੋਗੇ ਅੱਲਾਹ ਤਾਲਾ ਦੇ ਫਜ਼ਲੋ ਕਰਮ ਨਾਲ ਹੀ ਅੱਜ ਦਾ ਵਲੋਗ ਸ਼ੁਰੂ ਕਰਨੇ ਆ ਠੀਕ ਹੈ ਅੱਜ ਮਸ਼ਹੂਰ ਤਰੀਨ ਮੇਲਾ ਉੱਥੋਂ ਦਾ ਝਮਿੰਡੇ ਦਾ ਉੱਥੇ ਨਾ ਮੈਨੂੰ ਇੱਕ ਇਹ ਸਮਝ ਨਹੀਂ ਆਈ ਮੇਲੇ ਦਾ ਮੇਲਾ ਕਾਹਦੇ ਤੋਂ ਰੱਖਿਆ ਤਾ ਬਸ ਉੱਥੇ ਜਿਹੜਾ ਨਾ ਫੌਜੀ ਸ਼ਹੀਦ ਹੋਏ ਸੀ 6 ਸਤੰਬਰ ਨੂੰ ਜੰਗ ਹੋਈ ਸੀ ਅਤੇ ਹੁਣ ਚੱਲੇ ਹਾਂ ਉੱਥੇ ਝਮਿੰਡੇ ਵੇਖ ਕਹਿੰਦੇ ਕੀ ਸ਼ੀ ਹੈ ਕੀ ਹੁੰਦਾ ਪਿਆ ਉੱਥੇ ਫੌਜੀ ਸ਼ਹੀਦ ਹੋਏ ਸੀ ਸੋ ਗਮੀ ਦਾ ਦਿਨ ਮਨਾਉਣਾ ਚਾਹੀਦਾ ਜੰਗ ਸੀ ਅਤੇ ਮੇਲਾ ਕਿਉਂ ਹੈ ਮੈਨੂੰ ਇਹ ਸਮਝ ਨਹੀਂ ਆਈ ਗੱਲ ਅਤੇ ਹੁਣ ਰਾਜਾ ਨੂੰ ਵੀ ਮੈਂ ਕਿਹਾ ਆਈਏ ਚੱਲੀਏ ਅਤੇ ਨਾਲ ਇੱਕ ਹੋਰ ਮੁੰਡਾ ਦੁਕਾਨ ਦਾ ਦੁਕਾਨ 'ਤੇ ਆਇਆ ਤਾ ਸੀ ਗਿਰਦ ਅਤੇ ਉਹ ਵੀ ਕਹਿੰਦੇ ਮੈਨੂੰ ਨਾਲ ਲੈ ਜਾਓ ਹੁਣ ਉਹਨੂੰ ਵੀ ਨਾਲ ਲੈਂਦੇ ਹਾਂ ਜਾ ਕੇ ਅਤੇ ਆ ਚੈੱਕ ਕਰੋ ਪਹਿਲਾਂ ਸੀਨ ਮਾਸ਼ਾਅੱਲਾ ਚਲੋ ਫਿਰ ਹੁਣ ਜਾਂਦੇ ਹਾਂ ਰਾਜਾ ਨੂੰ ਲੈਂਦੇ ਹਾਂ ਅਤੇ ਉਹ ਮੁੰਡੇ ਲੈਂਦੇ ਹਾਂ ਫਿਰ ਜਾਂਦੇ ਹਾਂ ਮੇਲੇ ਦੇ ਅਬਦੁੱਲਾ ਨੂੰ ਵੀ ਲੈ ਲਿਆ ਠੀਕ ਹੈ ਅਤੇ ਰਾਜਾ ਸਾਹਿਬ ਵਾਰੀ ਫੁੱਲ ਫਾਰਮ 'ਚ ਨੇ ਹੁਣ ਅਸੀਂ ਚੱਲੇ ਹਾਂ ਉੱਥੇ ਮੇਲੇ ਅਤੇ ਮੇਲੇ ਜਾਗਤਾਂ ਨੂੰ ਮਿਲ ਲਈ ਮੋਮੈਂਟਸ ਲੇਟਰ ਜਿਹੜਾ ਨਾ ਇੱਥੇ ਮੁੰਡੇ ਪਹੁੰਚ ਗਿਆ ਮੇਲਾ ਵੇਖਣਾ ਹਾਂਜੀ ਫੁੱਲ ਫਾਰਮ 'ਤੇ ਮੇਲਾ ਵੇਖਣ ਦੀ ਸਲਾਹ ਦੇ ਹਾਂਜੀ ਬਾਈ ਜੀ ਹਾਂਜੀ ਰਾਜਾ ਸਾਹਿਬ ਫੁੱਲ ਫਾਰਮ 'ਚ ਨਮਾਜ਼ ਆਈ ਆ ਕੇ ਪਹਿਲਾਂ ਨਮਾਜ਼ ਹੈ ਫਿਰ ਹੋਰ ਕੋਈ ਚੀਜ਼ ਪਹਿਲਾਂ ਨਮਾਜ਼ ਪੜ੍ਹ ਲਈ ਹੁਣ ਚੱਲੇ ਹਾਂ ਮੇਲੇ 'ਤੇ ਮੇਲਾ ਜਾ ਕੇ ਵੇਖਦੇ ਹਾਂ ਕੁਛ ਵੇਖਦੇ ਹੁਣ ਤੁਹਾਨੂੰ ਮੇਲਾ ਵਿਖਾਉਂਦੇ ਹਾਂ ਚੈੱਕ ਕਰੋ ਜਿਹੜੇ ਨਾਂ ਲਿਖੇ ਨੇ ਜਿਹੜੇ ਫੌਜੀ ਚਾਹੀਦੇ ਜੀ ਬਾਈ ਆ ਗਏ ਹੁਣ ਮੇਲੇ ਦੀ ਆ ਬਸ ਸਾਈਡ ਜਿੱਥੇ ਚੁੱਲ੍ਹੇ ਛੁੱਲੇ ਲੱਗੇ ਉਹ ਕਹਿੰਦਾ ਪਿਆ ਕਿ ਜਾਓ ਥੱਲੇ ਚੈੱਕ ਕਰੋ ਹਾਂਜੀ ਡਰ ਲੱਗਦਾ ਥੱਲੇ ਟੁੱਟੇ ਮਾਰੂ ਮੈਂ
ਬੜਾ ਹਰਾਮੀ ਹੋ ਬੇਟਾ ਚਲੋ ਸਭ ਹੋਈ ਸ਼ੁਰੂ ਬਾਈ ਆ ਗਏ ਜੇ ਗੋਲ ਗੱਪੇ ਹੁਣ ਚੈੱਕ ਕਰਦਾ ਰਾਜਾ ਚੱਲ ਬਾਈ ਭਰ ਕੇ ਚੈੱਕ ਕਰ ਬਾਹਰ ਚੈੱਕ ਹਾਂ ਰਾਜਾ ਕਿਆ ਸੈਟੇਸਟ ਚਲੋ ਅਸੀਂ ਚੈੱਕ ਕਰ ਦਸਵੇਂ ਨਿਕ ਚਾਸੇ ਨਾ ਹਰ ਚੀਜ਼ ਵਧੀਆ ਪਾਰਕਿੰਗ ਦੇ ਪੈਸੇ ਦੇਖ ਰਹੇ ਨੇ 100 ਰੁਪਇਆ ਪਾਰਕਿੰਗ ਦਾ ਲਾਇਆ ਦਾ ਲਾਇਆ ਉਹ ਸਾਹਿਬ ਤੇ 20-30 ਰੁਪਇਆ ਹੁੰਦੇ ਨੇ ਹੁਣ ਇੱਥੇ 100 ਰੁਪਇਆ ਲਾਇਆ ਦਾ ਹੁਣ ਚੱਲੀਏ ਭਾਈ ਅਬਦੁੱਲਾ ਸਾਹਿਬ ਜਿਹੜਾ ਨਾ ਸਾਨੂੰ ਸ਼ੇਅਰ ਸੁਣਾਉਣਾ ਚਾਹੇਗਾ ਚਲੋ ਅਬਦੁੱਲਾ ਸਾਹਿਬ ਇੱਕ ਦਿਨ ਇੱਕ ਰਾਤ ਸੱਜਣੀਏ ਇਹ ਮੇਰੇ ਨਾਲ ਬਹਿ ਕੇ ਤੂੰ ਚਾਟਾ ਖਾਧੀਆਂ ਬਰਗਰ ਖਾਧੇ ਸ਼ਵਾਰਮੇ ਖਾਧੇ ਬਹਿ ਕੇ ਸਾਨੂੰ ਅੱਜ ਭੁੱਲ ਗਈ ਹੈ ਤੈਨੂੰ ਉਦੋਂ ਹੀ ਪਤਾ ਜਿਹੜੀਆਂ ਰਾਤਾਂ ਸਾਡੇ ਨਾਲ ਗੁਜ਼ਾਰੀਆਂ ਨੇ ਸਾਨੂੰ ਪਿਆਰ ਕਰਕੇ ਛੱਡਿਆ ਸੀ ਅਸੀਂ ਤੈਨੂੰ ਇਸ਼ਕ ਕਰਕੇ ਵੀ ਨੀ ਛੱਡਣਾ ਬੰਦ ਕਰੋ ਹੱਥ ਜੋੜ ਕੇ ਮੈਂ ਪੋਂਕਨ ਮਿਲਾ ਪੈ ਕਹਿੰਦਾ ਪੈ ਵਾਲੇਕੁਮ ਸਲਾਮ ਜਿਹੜਾ ਨਾ ਅਸੀਂ ਪਹੁੰਚ ਗਏ ਘਰ ਠੀਕ ਹੈ ਅਤੇ ਤੁਹਾਨੂੰ ਮੇਲਾ ਸ਼ੇਲਾ ਵਿਖਾਇਆ ਉੱਥੋਂ ਦਾ ਅਤੇ ਬਾਬਾ ਮਸ਼ਹੂਰ ਮੇਲਾ ਹੁੰਦਾ ਚੁਨਿੰਡੇ ਦਾ ਠੀਕ ਹੈ ਉੱਥੋਂ ਦਾ ਪਤਾ ਲੱਗਿਆ ਅਤੇ ਉੱਥੇ ਜਿਹੜਾ ਨਾ ਫੌਜ ਜੰਗ ਹੋਈ ਸੀ 6 ਸਤੰਬਰ ਨੂੰ ਅਤੇ ਉਹਦੀ ਖੁਸ਼ੀ 'ਚ ਮੇਲਾ ਲਾਉਂਦੇ ਨੇ ਮੈਨੂੰ ਇਹ ਸਮਝ ਨਹੀਂ ਆਏਗੀ ਕਹਿੰਦੇ ਵੀ ਫੌਜੀ ਵੀ ਸ਼ਹੀਦ ਹੋਏ ਨੇ ਉੱਥੇ ਤੁਸੀਂ ਬੋਟ ਵੇਖੇ ਹੋਣਾ ਵੀਡੀਓ 'ਚ ਕਿ ਫੌਜੀਆਂ ਦਾ ਜਿਹੜੇ ਸ਼ਹੀਦ ਹੋਏ ਸੀ ਠੀਕ ਹੈ ਅਤੇ ਮੇਲਾ ਤਾਂ ਖੁਸ਼ੀ ਵਾਲਾ ਹੁੰਦਾ ਅਤੇ ਇਹ ਸਮਝ ਨਹੀਂ ਮੈਨੂੰ ਇਸ ਗੱਲ ਦੀ ਆਈ ਠੀਕ ਹੈ ਅਤੇ ਜਿਹਨੂੰ ਇਹ ਪੂਰੀ ਗੱਲ ਦਾ ਪਤਾ ਉਹ ਕਮੈਂਟ 'ਚ ਮੈਨੂੰ ਦੱਸਦੇ ਠੀਕ ਹੈ ਅਤੇ ਹੋਰ ਜਿਹੜਾ ਨਾ ਅਬਦੁੱਲਾ ਦਾ ਵੇਖਿਆ ਹੋਣਾ ਵੀਡੀਓ 'ਚ ਉਹ ਵੀ ਫੁੱਲ ਫਾਰਮ 'ਚ ਭੁੱਖੇ ਸ਼ੇਰ ਮਾਰਦਾ ਪਿਆ ਅਤੇ ਹੁਣ ਜਿਹੜਾ ਨਾ ਮੈਂ ਇਸ ਵਲੋਗ ਨੂੰ ਇੱਥੇ ਐਂਡ ਕਰਨਾ ਉਮੀਦ ਕਰਨਾ ਕਿ ਵਲੋਗ ਪਸੰਦ ਆਇਆ ਹੋਵੇਗਾ ਜੇ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਕਮੈਂਟ ਕਰ ਦੇਣਾ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅੱਲਾਹ ਹਾਫਿਜ਼।